ਮਿੱਤਰ ਸੈਨ ਮੀਤ ਦਾ ਨੋਵਲ ਕੌਰਵ ਸਭਾ ਦਾ 96ਵਾਂ ਅੰਗ ਸ਼ਹਿਰ ਆ ਕੇ ਵੇਦ ਪਰਵਾਰ ਸੰਭਲਣ ਲੱਗਾ ਨੀਲਮ ਦਾ ਦੁੱਖ ਘਰ ਦੇ ਕੰਮ ਭੁਲਾ ਦਿੰਦਾ ਵੇਦ ਨੇ ਕੁਝ ਦੋਸਤ ਬਣਾ ਲਏ ਉਹਨਾਂ ਕੋਲ ਬੈਠਣ ਲੱਗਾ ਦੁੱਖ ਸਾਂਝਾ ਕਰਨ ਦੀ ਠਾਰ ਬਣ ਗਈ ਨੀਹਾ ਮੰਮੇ-ਮਾਮੀਆਂ ਤੇ ਉਹਨਾਂ ਦੇ ਬੱਚਿਆਂ ਨਾਲ ਪਰਚੀ ਰਹਿੰਦੀ ਕਦੇ-ਕਦੇ ਉਹ ਕਾਨੂੰਨ ਦੀਆਂ ਕਿਤਾਬਾਂ ਪੜ੍ਹਨ ਲੱਗਦੀ ਕਾਨੂੰਨ ਦੀਆਂ ਕਲਾਬਾਜ਼ੀਆਂ ਸਮਝ ਦੀ ਸਮਝ ਦੀ ਮਨ ਦੀ ਕੁੜੱਤਨ ਭੁੱਲ ਜਾਂਦੀ ਰਾਮਨਾਥ ਨੂੰ ਲੱਗਦਾ ਸੀ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਕੁਝ ਮਹੀਨਿਆਂ 'ਚ ਹਾਲਾਤ ਆਮ ਵਰਗੇ ਹੋ ਜਾਣਗੇ ਪਰ ਜਦੋਂ ਤੋਂ 네ਹਾ ਗਵਾਹੀ ਦੀ ਤਿਆਰੀ ਕਰਨ ਲੱਗੀ ਸੀ ਉਦੋਂ ਤੋਂ ukhdi ukhdi ਰਹਿਣ ਲੱਗੀ ਸੀ। ਰਾਮਨਾਥ ਉਹਦੀ ਬੇਚੈਨੀ ਦਾ ਕਾਰਨ ਸਮਝਦਾ ਸੀ। ਤਾਜ਼ਾ ਹੋਈਆਂ ਯਾਦਾਂ ਉਹਦੇ ਮਨ ਦੇ ਟਿਕੇ ਪਾਣੀਆਂ 'ਚ ਰੋੜੇ ਸੁੱਟ ਰਹੀਆਂ ਸਨ। ਰਾਮਨਾਥ ਨੇ ਪੂਰਾ ਜ਼ੋਰ ਲਾਇਆ ਹੋਇਆ ਸੀ ਕਿਸੇ ਨਾ ਕਿਸੇ ਤਰ੍ਹਾਂ ਇਸ ਵਾਰ 네ਹਾ ਦਾ ਬਿਆਨ ਹੋ ਜਾਏ। ਉਦਾਤੀਤ ਨਾਲ ਉਹ ਖੜਾ ਛੁੱਟ ਜਾਏ ਉਹ ਭਵੇਖ ਨਾਲ ਲੜਨ ਦੇ ਯੋਗ ਹੋ ਜਾਏ ਪਰ ਸਭ ਕੁਝ ਮਰਜ਼ੀ ਅਨੁਸਾਰ ਥੋੜਾ ਵਾਪਰਦਾ ਹੈ ਸ਼ਨੀਵਾਰ ਨੂੰ ਮਾਇਆ ਨਗਰੋਂ ਸੁਨੇਹਾ ਆ ਗਿਆ ਐਤਵਾਰ ਨੂੰ ਆਉਣ ਦੀ ਲੋੜ ਨਹੀਂ ਹੈ ਪਿਛਲੀ ਵਾਰੀ ਸਰਕਾਰੀ ਵਕੀਲ ਤੋਂ ਗਲਤੀ ਹੋਈ ਸੀ ਮੁਕਦਮੇ ਨੂੰ ਉਹਨੇ ਗਹਿਰਾਈ ਨਾਲ ਨਹੀਂ ਸੀ ਕੋਖਿਆ ਸਧਾਰਨ ਕੇਸਾਂ ਵਾਂਗ ਪਰਚਾ ਦਰਜ ਕਰਾਉਣ ਵਾਲੇ ਗਵਾਹ ਨੂੰ ਪਹਿਲਾਂ ਬੁਲਾ ਲਿਆ ਇਸ ਮੁਕਦਮੇ ਦੇ ਹਾਲਾਤ ਹੋਰ ਤਰ੍ਹਾਂ ਦੇ ਸਨ ਪੰਕਜ ਤੇ ਨੀਰਜ ਨੇ ਵਾਰਦਾਤ 'ਚ ਸਿੱਧਾ ਹਿੱਸਾ ਨਹੀਂ ਸੀ ਲਿਆ ਉਨਾ ਉੱਪਰ ਸਾਜ਼ਿਸ਼ ਰਜ ਰਜ ਕੇ ਜੁਰਮ ਕਰਾਉਣ ਦਾ ਦੋਸ਼ ਸੀ। ਨੀਹਾ ਨੂੰ ਇਸ ਸਾਜ਼ਿਸ਼ ਬਾਰੇ ਕੁਝ ਪਤਾ ਨਹੀਂ ਸੀ। ਮਿਸਲ ਮੁਤਾਬਕ ਸਾਜ਼ਿਸ਼ ਪੰਕਜ ਦੇ ਮੁਨੀਮ ਦੀ ਹਾਜ਼ਰੀ 'ਚ ਖੜੀ ਗਈ ਸੀ। ਪੰਕਜ ਹੋਰਾਂ ਦਾ ਜੁਰਮ ਸਾਬਤ ਕਰਨ ਲਈ ਪਹਿਲਾਂ ਮੁਨੀਮ ਦੀ ਗਵਾਹੀ ਹੋਣੀ ਚਾਹੀਦੀ ਸੀ। ਗੇਟਕੀਪਰ ਨੇ ਠੇਕੇਦਾਰ ਨੂੰ ਫੈਕਟਰੀ ਆਉਂਦੇ ਜਾਂਦੇ ਵੇਖਿਆ ਸੀ। ਉਹਦੇ ਫੈਕਟਰੀ ਅੰਦਰ ਜਾਣ ਦਾ ਇੰਦਰਾਜ਼ ਗੇਟਕੀਪਰ ਦੇ ਰਜਿਸਟਰ 'ਚ ਹੋਇਆ ਹੋਇਆ ਸੀ। ਨਾਲੇ ਰਜਿਸਟਰ ਉੱਪਰ ਠੇਕੇਦਾਰ ਦੇ ਦਸਖਤ ਸਨ। ਠੇਕੇਦਾਰ ਦੀ ਪੰਕਜ ਹੋਰ ਨਾਲ ਕੋਈ ਮੁਲਾਕਾਤ ਗੇਟਕੀਪਰ ਨੇ ਸਾਬਤ ਕਰਨੀ ਸੀ ਫੈਕਟਰੀ ਵਿੱਚੋਂ ਵਾਰਦਾਤ ਕਰਨ ਲਈ ਠੇਕੇਦਾਰ ਨੂੰ ਦੋ ਬੈਗ ਦੋ ਲੋਹੇ ਦੇ ਰੌਡ ਦਿੱਤੇ ਗਏ ਸੀ ਇਹ ਸਬੰਧੀ ਨਿਰਾਜ਼ ਸਟੋਰ ਕੀਪਰ ਨੇ ਆਪਣੇ ਰਜਿਸਟਰ 'ਚ ਕੀਤਾ ਸੀ ਇਹ ਰੌਡ ਤੇ ਬੈਗ ਮੌਕੇ ਤੋਂ ਬਰਮਦ ਹੋਏ ਸਨ ਇਹ ਸਬੂਤ ਸਟੋਰ ਕੀਪਰ ਨੇ ਦੇਣੇ ਸਨ ਠੇਕੇਦਾਰ ਨੇ ਵਾਰਦਾਤ ਤੋਂ ਕੁਝ ਦਿਨ ਪਹਿਲਾਂ ਤੇ ਫਿਰ ਵਾਰਦਾਤ ਤੋਂ ਵਾਲੇ ਦਿਨ ਦੋਹਾਂ ਭਰਾਵਾਂ ਨਾਲ ਮੋਬਾਈਲ ਫੋਨ 'ਤੇ ਗੱਲ ਕੀਤੀ ਸੀ ਇਹ ਗੱਲਬਾਤ ਸਾਜ਼ਿਸ਼ ਨੂੰ ਸਿਰੇ ਚੜਾਉਣ ਬਾਰੇ ਹੋਈ ਸੀ ਇਸੇ ਲਈ ਮੋਬਾਈਲ ਫੋਨ ਕੰਪਨੀ ਦੇ ਮੁਲਾਜ਼ਮ ਦੀ ਗਵਾਹੀ ਨੇਹਾ ਤੋਂ ਪਹਿਲਾਂ ਹੋਣੀ ਚਾਹੀਦੀ ਸੀ ਸਰਕਾਰੀ ਵਕੀਲ ਦੀ ਇਸ ਗਲਤੀ ਕਾਰਨ ਅਗਲੀ ਪੇਸ਼ੀ ਤੇ ਕੋਈ ਕਾਰਵਾਈ ਨਹੀਂ ਹੋ ਸਕੇਗੀ ਪਹਿਲਾਂ ਸਾਜ਼ਿਸ਼ ਸਾਬਤ ਕਰਨ ਵਾਲੇ ਗਵਾਹਾਂ ਨੂੰ ਬੁਲਾਇਆ ਜਾਏਗਾ ਫਿਰ ਪੰਕਜ ਹੋਰੀ ਮੁਲਜ਼ਮ ਬਣਦੇ ਜਾਂ ਨਹੀਂ ਇਸ ਮੁੱਦੇ ਤੇ ਬਹਿਸ ਹੋਏਗੀ ਤੇ ਜੇ ਜੱਜ ਮੁਦਈ ਤੇ ਰਣਾਲ ਸਹਿਮਤ ਹੋਇਆ ਤਾਂ ਪੰਕਜ ਹੋਰ ਨੂੰ ਅਦਾਲਤ ਚ ਪੇਸ਼ ਹੋਣ ਦਾ ਹੁਕਮ ਹੋਏਗਾ ਮਨਕਜ ਹੋਰੀ ਹਾਈ ਕੋਰਟ ਅਪੀਲ ਕਰਨਗੇ ਪਤਾ ਨਹੀਂ ਕਿੰਨੇ ਸਾਲ ਮਾਮਲਾ ਹਾਈ ਕੋਰਟ 'ਚ ਲਟਕੇਗਾ ਫਿਰ ਨੀਹਾ ਦੀ ਗਵਾਹੀ ਦੇਣ ਦੀ ਵਾਰੀ ਆਏਗੀ ਉਸ ਸਮੇਂ ਤੱਕ ਨੀਹਾ ਸਾਰੀ ਗਵਾਹੀ ਪੁੱਨ ਚੁੱਕੀ ਹੋਏਗੀ ਹੁਣੇ ਉਹਦੇ ਮਨ ਤੇ ਬੋਝ ਪਾਉਣ ਦਾ ਕੋਈ ਫਾਇਦਾ ਨਹੀਂ ਸੀ ਪ੍ਰਧਾਨ ਦੇ ਸੁਨੇਹੀ ਤੇ ਰਾਮਨਾਥ ਨੂੰ ਸਰਕਾਰੀ ਵਕੀਲ ਨਾਲੋਂ ਵੱਧ ਆਪਣੇ ਆਪ ਤੇ ਗਿਲਾ ਹੋਇਆ ਸਰਕਾਰੀ ਵਕੀਲ ਸਰਕਾਰੀ ਮੁਲਾਜ਼ਮ ਸੀ ਗਲਤੀਆਂ ਕਰਨਾ ਉਹਦਾ ਹੱਕ ਸੀ ਉਦੀ ਤਨਖਾਹ ਉੱਤੇ ਨਾ ਗਲਤੀਆਂ ਦਾ ਕੋਈ ਅਸਰ ਨਹੀਂ ਸੀ। ਰਾਮਨਾਥ ਨੇ ਅਣਗਹਿਲੀ ਕਿਉਂ ਕੀਤੀ? ਜੇ ਉਹਨੇ ਮਿਸਲ ਧਿਆਨ ਨਾਲ ਪੜ੍ਹੀ ਹੁੰਦੀ ਤਾਂ ਉਹਨੇ ਪਹਿਲੇ ਦਿਨ ਹੀ ਗਲਤੀ ਫੜੀ ਹੁੰਦੀ। ਨੀਹਾ ਨੂੰ ਇਸ ਵਾਧੂ ਦੀ ਮਾਨਸਿਕ ਪੀੜਾ ਤੋਂ ਬਚਾਇਆ ਹੁੰਦਾ। ਜੋ ਹੋ ਗਿਆ ਸੋ ਹੋ ਗਿਆ। ਮੁੜਾ ਅਜਿਹੀ ਗਲਤੀ ਦਾ ਹੋਵੇ ਇਸ ਲਈ ਰਾਮਨਾਥ ਨੇ ਮਿਸਲ ਦਾ ਅੱਖਰ ਅੱਖਰ ਪੜਿਆ। ਹਰ ਚੰਗਾ ਮਾੜਾ ਨੁਕਤਾ ਵਿਚਾਰਿਆ। ਮਿਸਲ ਪੜ੍ਹ ਕੇ ਰਾਮਨਾਥ ਦਾ ਦਿਲ ਤੱਕ ਤੱਕ ਕਰਨ ਲੱਗਾ। ਸਾਰੀ ਮਿਸਲ ਕਮਜ਼ੋਰੀਆਂ ਨਾਲ ਭਰੀ ਪਈ ਸੀ। ਵੇਦ ਨੀਲਮ ਤੇ ਨੇਹਾ ਤੋਂ ਬਿਨਾ ਬਾਕੀ ਦੇ ਸਾਰੇ ਗਵਾਹ ਪੰਕਜ ਹੋਰਾਂ ਨੂੰ ਪੁੱਛ ਕੇ ਰੱਖੇ ਗਏ ਲੱਗਦੇ ਸੀ ਗੇਟ ਕੀਪਰ ਸਟੋਰ ਕੀਪਰ ਮੁਨੀਮ ਪੰਕਜ ਹੋਰਾਂ ਦੇ ਟੁਕੜਿਆਂ ਦੇ ਪਲਦੇ ਸੀ ਕਿਸੇ ਵੀ ਕੀਮਤ ਤੇ ਉਹ ਮਾਲਕਾਂ ਦੇ ਵਿਰੁੱਧ ਨਹੀਂ ਸੀ ਬੋਲ ਸਕਦੇ ਇਹਨਾਂ ਦੀ ਗਵਾਹੀ ਬਿਨਾ ਮਿਸਲ ਦੇ ਕੋਈ ਸਬੂਤ ਨਹੀਂ ਸੀ ਹੁਣਾ ਬਿਨਾ ਠੋਸ ਸਬੂਤਾਂ ਦੇ ਕਿਸੇ ਨੇ ਪੰਕਜ ਹੋਰਾਂ ਨੂੰ ਬਤੌਰ ਮਲਜ਼ਮ ਨਹੀਂ ਸੀ ਬੁਲਾਉਣਾ ਰਾਮਨਾਥ ਨੂੰ ਲੱਗਣ ਲੱਗਾ ਉਸ ਨਾਲ ਧੋਖਾ ਹੋਇਆ ਸੀ ਦੋਵੇਂ ਭਰਾ ਪੱਕੇ ਤੌਰ ਤੇ ਮੁਕਦਮੇ ਚੋਂ ਨਿਕਲ ਚੁੱਕੇ ਸੀ ਰਾਮਨਾਥ ਨੂੰ ਆਪਣੀ ਕੰਜੂਸੀ ਤੇ ਅਣਗਹਿਲੀ ਉੱਪਰ ਪਛਤਾਵਾ ਹੋਣ ਲੱਗਾ ਲੋਕਾਂ ਨੂੰ ਸਰਕਾਰੀ ਵਕੀਲਾਂ ਨੂੰ ਮਿਲ ਕੇ ਖਾਮੀਆਂ ਦੂਰ ਕਰਾਉਣ ਦੀ ਸਲਾਹ ਦਿੰਦਾ ਸੀ ਖੁਦੋ ਕੇ ਸਲਵਟ ਗਿਆ ਸੀ ਤੇ ਜੇ ਉਹ ਪੁਲਿਸ ਦੀ ਗੱਲ ਮੰਨ ਕੇ ਸਰਕਾਰੀ ਵਕੀਲ ਨੂੰ ਮਿਲਿਆ ਹੁੰਦਾ ਤਾਂ ਸ਼ਾਇਦ ਮੁਕਦਮੇ ਦਾ ਇਹ ਹਸ਼ਰ ਨਾ ਹੁੰਦਾ ਵੈਸੇ ਇਹ ਕੋਈ ਸਧਾਰਨ ਮੁਕੱਦਮਾ ਨਹੀਂ ਸੀ ਮਾਮਲਾ ਪੁਲਿਸ ਮੁਖੀ ਤੱਕ ਵਿਚਾਰਿਆ ਜਾ ਚੁੱਕਾ ਸੀ ਕਈ ਅਵਸਾਰਾਂ ਦੀਆਂ ਮਿਸਲ ਉੱਪਰ ਟਿੱਪਣੀਆਂ ਆ ਚੁੱਕੀਆਂ ਸਨ ਮਿਸਲ 'ਚ ਰੱਦੋ ਬਦਲ ਕਰਨਾ ਨਾ ਸਰਕਾਰੀ ਵਕੀਲ ਦੇ ਵਾਸਤੇ ਸੀ ਨਾ ਥਾਣੇਦਾਰ ਦੇ ਪੈਸੇ ਖਰਚ ਕੇ ਵੀ ਉਹ ਹੋਣਾ ਸੀ ਜੋ ਹੋਇਆ ਹੋਇਆ ਸੀ ਆਪਣੇ ਹੱਕ 'ਚ ਤਰਕ ਘੜ ਕੇ ਰਾਮਨਾਥ ਨੇ ਆਪਣੇ ਪ੍ਰਤੀ ਆਪਣੇ ਮਨ 'ਚ ਜਾਗੀ ਗਲਿਆਨੀ ਨੂੰ ਦੂਰ ਕੀਤਾ ਸਟੋਰ ਕੀਪਰ ਗੇਟ ਕੀਪਰ ਮੁਕਦਮੇ ਦੇ ਅਹਿਮ ਗਵਾਹ ਸਨ ਉਹਨਾਂ ਦੀ ਥਾਂ ਕਿਸੇ ਹੋਰ ਗਵਾ ਨੂੰ ਖੜਾ ਨਹੀਂ ਸੀ ਕੀਤਾ ਜਾ ਸਕਦਾ ਮੁਨੀਮ ਦੀ ਥਾਂ ਕੋਈ ਹੋਰ ਗਵਾ ਖੜਾ ਕੀਤਾ ਜਾ ਸਕਦਾ ਸੀ ਉਹ ਗਵਾ ਮਾਇਾਨਗਰ ਦਾ ਹੋਣਾ ਚਾਹੀਦਾ ਸੀ ਰਾਮਨਾਥ ਨੂੰ ਮਾਇਾਨਗਰ ਦੀ ਚਿੜੀ ਤੱਕ ਨਹੀਂ ਸੀ ਜਾਣਦੀ ਤੇ ਜੇ ਪੁਲਿਸ ਰਾਮਨਾਥ ਦੀ ਗੱਲ ਮੰਨ ਲੈਂਦੀ ਮੁਨੀਮ ਦੀ ਥਾਂ ਕੋਈ ਹੋਰ ਗਵਾ ਮੰਗਦੀ ਤਾਂ ਰਾਮਨਾਥ ਮਾਇਾਨਗਰ ਦੀ ਰਈਸਾ ਵਿਰੁੱਧ ਗਵਾਹੀ ਦੇ ਸਕਣ ਵਾਲਾ ਬੰਦਾ ਕਿੱਥੋਂ ਲਿਆਉਂਦਾ ਉਸ ਗਵਾਹ ਦੀਆਂ ਅੱਖਾਂ ਵੀ ਪੈਸੇ ਦੇ ਚਕਾਚੌਂ ਚੁੰਦੇ ਆ ਜਾਣੀਆਂ ਸਨ ਤੇ ਅਦਾਲਤ ਚ ਆ ਕੇ ਉਹਨੇ ਵੀ ਉਹੀ ਆਖਣਾ ਸੀ ਜੋ ਹੁਣ ਮੁਨੀਮ ਨੇ ਆਖਣਾ ਸੀ ਮੁਨੀਮ ਸਾਹਮਣੇ ਸਾਜ਼ਿਸ਼ ਨਹੀਂ ਸੀ ਘੜੀ ਗਈ ਮੁਨੀਮ ਨੂੰ ਬਿਨਾਂ ਪੁੱਛੇ ਪੁਲਿਸ ਨੇ ਉਹਦਾ ਬਿਆਨ ਲਿਖ ਲਿਆ ਸੀ ਉਹਨੂੰ ਝੂਠ ਬੋਲਣ ਲਈ ਮਜਬੂਰ ਨਹੀਂ ਸੀ ਕੀਤਾ ਜਾ ਸਕਦਾ ਪਰ ਜੋ ਗਵਾਹ ਸੱਚੇ ਸਨ ਉਹਨਾਂ ਤੋਂ ਤਾਂ ਸੱਚ ਖਵਾਇਆ ਜਾ ਸਕਦਾ ਸੀ ਰਾਮਨਾਥ ਨੂੰ ਲੱਗਦਾ ਸੀ ਨਾ ਸਟੋਰ ਕੀਪਰ ਨੇ ਸੱਚ ਬੋਲਣਾ ਸੀ ਨਾ ਗੇਟ ਕੀਪਰ ਨੇ ਇਨਾ ਗਵਾਹਾਂ ਤੋਂ ਸੱਚ ਕਿਸ ਤਰ੍ਹਾਂ ਬੁਲਵਾਇਆ ਜਾਏ RAMNAT ਤੋਂ ਇੱਕ ਥੀ ਸੁਲਝਣੀ ਸੀ ਰਹੀ ਪੇਸ਼ੀ ਪਵਾ ਕੇ RAMNAT ਪ੍ਰਧਾਨ ਦਵਾਲੇ ਹੋ ਗਿਆ ਇਹੋ ਰੋਣਾ ਜੱਜ ਫੜਾ ਮਾਰਦੇ ਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਅਸੀਂ ਕਰਦੇ ਆ ਅਸਲ ਚ ਫੈਸਲੇ ਦੀ ਵਾਗ ਡੋਰ ਗਵਾਹ ਦੇ ਹੱਥ ਚ ਹੈ ਉਹ ਜੇ ਝੂਠ ਮੂੰਹ ਠਾਕ ਦੇਵੇ ਜੁਰਮੋ ਦੇ ਸਾਹਮਣੇ ਹੋਇਆ ਤਾਂ ਦੋਸ਼ੀ ਨੂੰ ਸਜ਼ਾ ਉਹ ਅੱਖਾਂ ਸਾਹਮਣੇ ਹੋਏ ਜੁਰਮ ਤੋਂ ਜੇ ਅੱਖਾਂ ਮੀਟ ਲੈ ਤਾਂ ਦੋਸ਼ੀ ਬਰੀ ਗਵਾਦੀ ਲਗਾਮ ਕਿਸੇ ਦੇ ਹੱਥ ਨਹੀਂ ਉਹ ਸੱਚ ਬੋਲੇ ਜਾਂ ਝੂਠ ਕੋਈ ਪੁੱਛ ਪੜਤਾਲ ਨਹੀਂ ਪ੍ਰਧਾਨ ਰਾਮਨਾਥ ਨਾਲ ਸਹਿਮਤ ਸੀ ਗਵਾ ਕੁਝ ਵੀ ਆਖ ਸਕਦੇ ਸੀ ਮੁਦਈ ਧਿਰ ਨੂੰ ਨੁਕਸਾਨ ਪਹੁੰਚਾ ਸਕਦੇ ਸੀ ਪਰ ਕਸੂਰ ਗਵਾਹਾਂ ਦਾ ਨਹੀਂ ਸਾਡੇ ਟਾਂਚੇ ਦਾ ਹੈ ਵਿਗਿਆਨ ਚੰਦ ਦੀ ਹਿੱਕ ਤੇ ਪੈਰ ਰੱਖ ਕੇ ਮੰਗਲ ਗ੍ਰਹਿ ਤੱਕ ਪੁੱਜ ਗਿਆ ਅਸੀਂ 1872 ਦੇ ਕਾਨੂੰਨ ਨੂੰ ਜਫਾ ਮਾਰੀ ਬੈਠੇ ਹਰ ਜਰਮ ਨੂੰ ਸਾਬਤ ਕਰਨ ਲਈ ਚਸ਼ਮਦੀਦ ਗਵਾਹ ਚਾਹੀਦੇ ਹੈ ਵਿਗਿਆਨਕ ਜੁਗਤਾ ਅਸੀਂ ਨੇੜੇ ਨਹੀਂ ਢੁਕਣ ਦਿੰਦੇ ਹਨੇਰੇ ਕਮਰਿਆਂ 'ਚ ਘੜੀਆਂ ਸਾਜ਼ਿਸ਼ਾਂ ਨੂੰ ਸੁਣਨ ਵਾਲੇ ਗਵਾਹ ਕਿੱਥੋਂ ਆਣਗੇ ਕਾਨੂੰਨ ਦਾ ਢਿੱਡ ਭਰਨ ਲਈ ਝੂਠੇ ਗਵਾਖ ਖੜੇ ਕੀਤੇ ਜਾਣਗੇ ਝੂਠ ਦੇ ਪੈਰ ਨਹੀਂ ਹੁੰਦੇ ਕਹਾਣੀ ਛੱਕੀ ਬਣੇਗੀ ਸ਼ੱਕ ਦਾ ਫਾਇਦਾ ਮੁਲਜ਼ਮ ਨੂੰ ਮਿਲੇਗਾ ਉਹ ਬਰੀ ਹੋ ਜਾਏਗਾ ਮੁਦਈ ਦੇਖਦਾ ਰਹਿ ਜਾਏਗਾ ਇਸੇ ਬੇਇਨਸਾਫੀ ਵਿਰੁੱਧ ਸਾਡੀ ਲੜਾਈ ਹੈ ਪ੍ਰਧਾਨ ਇਕੱਲੇ ਰਾਮਨਾਥ ਦੀ ਨਹੀਂ ਸਮੁੱਚੀ ਸਮੱਸਿਆ ਦੇ ਹੱਲ ਲਈ ਜੂਝ ਰਿਹਾ ਸੀ ਕਾਨੂੰਨ ਪਤਾ ਨਹੀਂ ਕਦੋਂ ਬਦਲੇਗਾ ਆਪਾਂ ਆਪਣੀ ਬਣੀ ਅਜ ਨਿਬੜਨੀ ਹੈ ਰਾਮਨਾਥ ਨੂੰ ਪ੍ਰਧਾਨ ਦੀਆਂ ਸੁਪਨਮਈ ਗੱਲਾਂ 'ਚ ਬਹੁਤੀ ਦਿਲਚਸਪੀ ਨਹੀਂ ਸੀ ਉਹਨੂੰ ਆਪਣੀ ਚਿੰਤਾ ਖਾ ਰਹੀ ਸੀ ਜੇ ਅਸੀਂ ਇਸ ਢਾਂਚੇ ਨੂੰ ਬਦਲਣ ਲਈ ਲੜਾਂਗੇ ਤਾਂ ਜ਼ਰੂਰ ਕਿਸੇ ਦਿਨ ਬਦਲੇਗਾ ਪਹਿਲੀ ਆਵਾਜ਼ ਇੱਕ ਮੁਕਦਮੇ 'ਚ ਉੱਠੇਗੀ ਦੇਖੋ ਦੇਖੀ ਸਭ ਕੁਝ ਸਭ ਵਿੱਚ ਉੱਠਣ ਲੱਗੇਗੀ ਇੱਕ ਦਿਨ ਇਹ ਆਵਾਜ਼ ਕਚਹਿਰੀ 'ਚੋਂ ਨਿਕਲ ਕੇ ਸੜਕਾਂ 'ਤੇ ਆ ਜਾਏਗੀ ਸੜਕ ਤੇ ਸਰਕਾਰ ਦੇ ਕੰਨ ਤੇ ਜੂੰ ਸਰਕੇਗੀ ਤਖਤ ਹਿੱਲਣਗੇ ਨਵੇਂ ਕਾਨੂੰਨ ਬਣਨਗੇ ਆਪਾਂ ਉਸ ਸਮੇਂ ਤੱਕ ਇੰਤਜ਼ਾਰ ਨਹੀਂ ਕਰ ਸਕਦੇ ਆਪਣੀ ਪੇਸ਼ੀ 'ਚ ਇੱਕ ਮਹੀਨਾ ਬਾਕੀ ਹੈ ਆਪਾਂ ਨੂੰ ਹੁਣੇ ਕੋਈ ਇੰਤਜ਼ਾਮ ਕਰਨਾ ਪੈਣਾ ਹੈ ਰਾਮਨਾਥ ਨੇ ਇੱਕ ਵਾਰ ਫੇਰ ਪ੍ਰਧਾਨ ਨੂੰ ਆਪਣੇ ਮੁਕਦਮੇ ਵੱਲ ਮੋੜਿਆ ਤੁਸੀਂ ਘਬਰਾਓ ਨਾ ਅਸੀਂ ਇਸ ਮੁਕਦਮੇ ਦੇ ਇੱਕ ਇੱਕ ਗਵਾਹ ਨੂੰ ਮਿਲਾਗੇ ਉਹਦੀ ਆਤਮਾ ਨੂੰ ਝੰਜੋੜਾਂਗੇ ਅਦਾਲਤ ਵਿੱਚ ਸੌਂਖਵਾਣ ਦੀ ਰਸਮ ਫਰਜ਼ੀ ਹੁੰਦੀ ਹੈ ਅਸੀਂ ਗਵਾਹਾਂ ਦੇ ਘਰ ਧਰਮ ਗ੍ਰੰਥ ਲੈ ਕੇ ਜਾਵਾਂਗੇ ਉਹਨਾਂ ਉੱਪਰ ਹੱਥ ਰੱਖਵਾ ਕੇ ਸੱਚ ਬੋਲਣ ਦੀ ਸੌਂਖਵਾਵਾਂਗੇ ਮੈਨੂੰ ਆਸ ਹੈ ਸਾਨੂੰ ਕਾਮਯਾਬੀ ਮਿਲੇਗੀ ਜੇ ਪੈਸੇ ਨੇ ਧਾਰਮਿਕ ਭਾਵਨਾਵਾਂ ਨੂੰ ਦਬਾ ਦਿੱਤਾ ਫਿਰ ਵਿਗਿਆਨਕ ਢੰਗ ਤਰੀਕੇ ਅਪਣਾਵਾਂਗੇ ਸਟੋਰ ਕੀਪਰ ਤੇ ਗੇਟ ਕੀਪਰ ਦੀਆਂ ਹੱਥ ਲਿਖਤਾਂ ਦੇ ਸੈਂਕੜੇ ਨਮੂਨੇ ਆਪਾਂ ਨੂੰ ਮਿਲ ਜਾਣਗੇ ਉਹ ਹਾਸਲ ਕਰਕੇ ਉਹਨਾਂ ਦਾ ਮਿਲਾਨ ਰਜਿਸਟਰਾਂ ਨਾਲ ਕਰਾਵਾਂਗੇ ਠੇਕੇਦਾਰ ਦੇ ਦਸਖਤ ਮਿਸਲ ਉੱਪਰ ਮੌਜੂਦ ਹਨ ਉਹਦਾ ਮਿਲਾਨ ਗੇਟ ਕੀਪਰ ਦੇ ਰਜਿਸਟਰ ਉੱਪਰਲੇ ਉਹਦੇ ਦਸਖਤਾਂ ਨਾਲ ਕਰਵਾਵਾਂਗੇ ਜਦੋਂ ਮਾਹਿਰਾਂ ਨੇ ਰਜਿਸਟਰਾਂ ਵਿੱਚ ਲੀਆਂ ਉਹਨਾਂ ਦੀਆਂ ਲਿਖਤਾਂ ਨੂੰ ਉਹਨਾਂ ਦਾ ਹੋਣਾ ਕਰਾਰ ਦੇ ਦਿੱਤਾ ਫਿਰ ਗਵਾਹ ਕਿਵੇਂ ਮੁਕਰਨਗੇ ਅਦਾਲਤ ਨੇ ਸਾਨੂੰ ਮਾਹਰ ਬੁਲਾਉਣ ਦੀ ਇਜਾਜ਼ਤ ਨਹੀਂ ਦੇਣੀ ਜਦੋਂ ਲਿਖਤਾਂ ਲਿਖਣ ਵਾਲੇ ਖੁਦ ਹਾਜ਼ਰ ਹੋਣਗੇ ਤਾਂ ਦੂਜੀ ਤਰ੍ਹਾਂ ਦੀ ਸ਼ਹਾਦਤ ਦੀ ਇਜਾਜ਼ਤ ਇਜਾਜ਼ਤ ਕੌਣ ਦੇਵੇਗਾ ਇਜਾਜ਼ਤ ਲਵਾਂਗੇ ਨਹੀਂ ਦੇਵੇਗੀ ਅਸੀਂ ਜਦੋਜਹਿਦ ਕਰਾਂਗੇ ਮੁਨੇਮ ਦਾ ਕੀ ਕਰਾਂਗੇ ਉਹਨੂੰ ਅਸੀਂ ਨਹੀਂ ਛੇੜਾਂਗੇ ਉਹਨੂੰ ਸੱਚ ਬੋਲਣ ਦੀ ਖੁੱਲ ਹੋਏਗੀ ਤੁਸੀਂ ਆਪਣੇ ਤੌਰ ਤੇ ਗਵਾਹਾਂ ਨੂੰ ਮਿਲੋ ਉਹਨਾਂ ਨੂੰ ਸੱਚ ਬੋਲਣ ਲਈ ਪ੍ਰੇਰੋ ਸ਼ਾਇਦ ਮਿਹਨਤ ਪੱਲੇ ਪੈ ਜਾਏ ਮੈਂ ਕੋਸ਼ਿਸ਼ ਕਰ ਚੁੱਕਾ ਉਹਨਾਂ ਦੀ ਫੈਕਟਰੀ ਕਿਲੇ ਵਰਗੀ ਬਿਨਾ ਮਾਲਕਾਂ ਦੀ ਇਜਾਜ਼ਤ ਦੇ ਉਥੇ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਮੇਰਾ ਗਵਾਹਾਂ ਨੂੰ ਮਿਲਣਾ ਸੰਭਵ ਹੈ ਹਿੰਮਤ ਨਹੀਂ ਹਾਰਨੀ ਯਤਨ ਕਰਨਾ ਸਾਡਾ ਫਰਜ਼ ਹੈ ਫੈਕਟਰੀ ਜਾਣਦੀ ਤਾਂ ਉਹਨਾਂ ਦੇ ਘਰ ਜਾਓ ਰਿਸ਼ਤੇਦਾਰਾਂ ਰਾਈ ਮਿਲੋ ਤੁਸੀਂ ਆਪਣੇ ਯਤਨ ਕਰੋ ਸੋਸਾਇਟੀ ਆਪਣੇ ਯਤਨ ਕਰੇਗੀ ਆਸ ਹੈ ਕੋਈ ਸਿੱਟਾ ਜ਼ਰੂਰ ਨਿਕਲੇਗਾ ਜਿਵੇਂ ਤੁਹਾਡੀ ਮਰਜ਼ੀ ਤੁਸੀਂ ਕੱਲ ਨੂੰ ਆ ਕੇ ਰੀਡਰ ਤੋਂ ਸਮਨ ਤਿਆਰ ਕਰਵਾ ਲਓ ਮੈਂ ਕਪਤਾਨ ਨੂੰ ਆ ਕੇ ਮੁਖ ਅਫਸਰ ਤੇ ਜ਼ੋਰ ਪਾਵਾਂਗਾ ਗਵਾਹਾਂ ਦੇ ਬਿਆਨ ਜਿਸ ਤਪਤੀਸ਼ੀ ਨੇ ਲਿਖੇ ਹਨ ਉਸ ਤੋਂ ਸੱਚ ਬਲਵਾਏ ਮਲਜ਼ਮ ਧਿਰ ਦੇ ਪ੍ਰੈਸ਼ਰ ਤੋਂ ਗਵਾਹਾਂ ਨੂੰ ਬਚਾਏ ਪ੍ਰਧਾਨ ਨਾਲ ਵਿਚਾਰ ਵਟਾਂਦਰਾ ਕਰਕੇ ਰਾਮਨਾਥ ਨੂੰ ਕੁਝ ਰਾਹਤ ਮਹਿਸੂਸ ਹੋਈ ਉਹਨੂੰ ਲੱਗਾ ਕੁਝ ਨਾ ਕੁਝ ਉਹਨਾਂ ਦੇ ਹੱਕ 'ਚ ਜ਼ਰੂਰ ਹੋਏਗਾ ਅੰਗ 97 ਪੁਲਿਸ ਖਾਦਾ ਨਮਕ ਇਹਨੇ ਜਲਦੀ ਹਰਾਮ ਕਰ ਦੇਗੀ ਪੰਕਜ ਨੂੰ ਇਹ ਆਸ ਨਹੀਂ ਸੀ ਅੱਗੇ ਮੁਕਦਮੇ ਬਾਰੇ ਜੇ ਕਿਦਰੇ ਨਿਠਵੀ ਵਜਦੀ ਸੀ ਤਾਂ ਉਹਨੂੰ ਕਈ ਪਾਸਿਓਂ ਖਬਰ ਮਿਲ ਜਾਂਦੀ ਸੀ ਮੁਨਸ਼ੀ ਦੀ ਕੋਸ਼ਿਸ਼ ਹੁੰਦੀ ਸੀ ਉਹ ਸਭ ਤੋਂ ਪਹਿਲਾਂ ਖਬਰ ਦੇ ਕੇ ਨਾਮ ਦਾ ਹੱਕਦਾਰ ਬਣੇ ਰੀਡਰ ਉਹ ਤੋਂ ਕਾਲਾ ਹੁੰਦਾ ਸੀ ਮੁਖ ਅਫਸਰ ਵੀ ਪਿੱਛੇ ਨਹੀਂ ਸੀ ਰਹਿੰਦਾ ਇੱਕ ਦੋ ਵਾਰ ਤਾਂ ਕਪਤਾਨ ਨੇ ਖੁਦ ਉਹਨੂੰ ਉੱਪਰੋਂ ਮੰਨਰਾ ਰਹੇ ਖਤਰੇ ਬਾਰੇ ਸਾਵਧਾਨ ਕੀਤਾ ਸੀ ਇਸ ਵਾਰ ਸਾਰੀ ਕਾਰਵਾਈ ਚੁੱਪਚਾਪ ਹੋਈ ਸੀ ਅਗਲੀ ਪੇਸ਼ੀ 2 ਕਿ ਮਹੀਨਾ ਬਾਕੀ ਸੀ ਪੰਕਜ ਨੇ ਸੋਚਿਆ ਸੀ ਗਵਾਹਾਂ ਦੇ ਸਮਨ ਦੋ ਚਾਰ ਦਿਨ ਪਹਿਲਾਂ ਆਉਣਗੇ ਅੱਗੇ ਇਸੇ ਤਰ੍ਹਾਂ ਹੁੰਦਾ ਸੀ ਸਮਨ ਤਾਮੀਲ ਕਰਾਉਣ ਵਾਲਾ ਸਿਪਾਈ ਸਿੱਧਾ ਉਹਨਾਂ ਦੀ ਫੈਕਟਰੀ ਆਉਂਦਾ ਸੀ 100 200 ਲੈ ਕੇ ਉਹਦੀ ਮਰਜ਼ੀ ਪੁੱਛਦਾ ਸੀ ਜਿਸ ਗਵਾਹ ਦੇ ਸਮਨ ਤਾਮੀਲ ਕਰਾਉਣ ਲਈ ਪੰਕਜ ਕਹਿੰਦਾ ਉਸੇ ਦੇ ਸਮਨ ਤਾਮੀਲ ਹੁੰਦੇ ਬਾਕੀ ਦੇ ਸਮਨ ਬਹਾਨਿਆਂ ਨਾਲ ਵਾਪਸ ਹੋ ਜਾਂਦੇ ਸੀ ਵਕੀਲਾ ਨੇ ਪੰਕਜ ਨੂੰ ਸਲਾਹ ਦਿੱਤੀ ਸੀ ਪੇਸ਼ੀ ਤੋਂ ਇੱਕ ਹਫ਼ਤਾ ਪਹਿਲਾਂ ਗਵਾਹਾਂ ਨੂੰ ਪਿੰਡ ਭੇਜ ਦਿੱਤਾ ਜਾਏ ਮੁਨੀਮ ਦੀ ਤਾਮੀਲ ਕਰਵਾ ਦਿੱਤੀ ਜਾਏ ਮੁਨੀਮ ਦੀ ਗਵਾਹੀ ਜ਼ਬਾਨੀ ਸੀ ਉਹਨੂੰ ਇਸ ਪੇਸ਼ੀ ਤੋਂ ਮੁਕਰਆ ਲਿਆ ਜਾਏ ਬਾਕੀ ਗਵਾਹਾਂ ਨੇ ਗਵਾਹੀ ਰਿਕਾਰਡ ਮੁਤਾਬਕ ਦੇਣੀ ਸੀ ਉਹਨਾਂ ਨੂੰ ਪੂਰੀ ਤਰ੍ਹਾਂ ਮੁਕਰਾਉਣਾ ਮੁਸ਼ਕਲ ਸੀ ਸੋਚ ਵਿਚਾਰ ਕੇ ਕਿਸੇ ਹੋਰ ਪੇਸ਼ੇ ਤੇ ਉਹਨਾਂ ਨੂੰ ਭੁਗਤਾ ਲਿਆ ਜਾਏਗਾ ਸਭ ਯੋਜਨਾਵਾਂ ਧਰਿਆ ਧਰਾਈਆਂ ਰਹਿ ਗਈਆਂ ਪੇਸ਼ੀ ਦੇ ਅਗਲੇ ਹੀ ਦਿਨ ਪੁਲਿਸ ਨੇ ਚਾਰਾਂ ਗਵਾਹਾਂ ਦੇ ਸਮਨ ਕਟਵਾ ਲਏ ਤੇ ਸਮਨ ਤਾਮਿਲ ਕਰਾਉਣ ਮੁਖ ਅਫਸਰ ਖੁਦ ਗਿਆ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਸਾਹਮਣੇ ਉਹਨੇ ਗਵਾਹਾਂ ਨੂੰ ਧਾੜਿਆ ਸੱਚ ਬੋਲਣਾ ਕਿਸੇ ਲਾਲਚ ਵਿੱਚ ਆ ਕੇ ਝੂਠ ਬੋਲਿਆ ਤਾਂ ਨਤੀਜੇ ਭੜੇ ਨਿਕਲਣਗੇ ਗਵਾਹੀ ਦੇਣ ਜ਼ਰੂਰ ਆਉਣਾ ਹੈ ਨਾ ਇਹ ਤਾਂ ਗ੍ਰਿਫਤਾਰੀ ਵਰੰਟ ਨਿਕਲਗੇ ਕੁਝ ਦਿਨ ਲਈ ਜੇਲ੍ਹ ਯਾਤਰਾ ਕਰਨੀ ਪੈਗੀ ਮੁਖ ਅਫਸਰ ਦੀ ਧਮਕੀ ਦਾ ਗਵਾਹਾਂ ਤੇ ਅਸਰ ਹੋਇਆ ਸੀ ਉਹ ਡਰੇ ਬੈਠੇ ਸੀ ਪੰਕਜ ਨੇ ਹਜ਼ਾਰ ਵਾਰ ਸਮਝਾਇਆ ਇਹ ਬਾਂਦਰ ਘੁਰਕੀ ਸੀ ਪਰ ਉਹਨਾਂ ਦੇ ਮਨੋਂ ਡਰ ਨਿਕਲ ਨਹੀਂ ਸੀ ਰਿਹਾ ਮੁਖ ਅਫਸਰ ਨੇ ਸੋਚ ਸਮਝ ਕੇ ਧਮਕੀ ਦਿੱਤੀ ਸੀ ਗਵਾਹਾਂ ਨੂੰ ਸੱਚ ਬੋਲਣ ਤੇ ਹਾਜ਼ਰ ਹੋਣ ਲਈ ਆਖਿਆ ਸੀ ਇਸ ਧਮਕੀ ਵਿਰੁੱਧ ਕੋਈ ਕਾਨੂੰਨੀ ਚਾਰਾ ਜੋਈ ਸੰਭਵ ਨਹੀਂ ਸੀ ਹੈਰਾਨੀ ਦੀ ਗੱਲ ਹੋਰ ਸੀ ਸੱਚੇ ਗਵਾਹਾਂ ਦਾ ਝੂਠ ਬੋਲਣ ਤੋਂ ਡਰਨਾ ਜਾਏ ਸੀ ਪਰ ਮੁਨੀਮ ਉੱਪਰ ਸੱਚ ਬੋਲਣ ਉੱਪਰ ਕਿਸੇ ਨੇ ਕੋਈ ਪਾਬੰਦੀ ਨਹੀਂ ਲਾਈ ਸਭ ਨੂੰ ਪਤਾ ਸੀ ਉਹਦੇ ਸਾਹਮਣੇ ਕਿਸੇ ਨੇ ਕੋਈ ਸਾਜ਼ਿਸ਼ ਨਹੀਂ ਘੜੀ ਇਹ ਉਹਨੇ ਜੱਜ ਨੂੰ ਦੱਸਣਾ ਸੀ ਉਹ ਸੱਚ ਬੋਲਣ ਤੋਂ ਟਲ ਰਿਹਾ ਸੀ ਗਵਾਹ ਜੇ ਮਿਸਲ ਮੁਤਾਬਕ ਗਵਾਹੀ ਦੇ ਗਏ ਪੰਕਜ ਹੋਰਾਂ ਦਾ ਪੱਠਾ ਬੈਠ ਜਾਣਾ ਸੀ ਪੰਕਜ ਨੇ ਮੁੱਖ ਅਫਸਰ ਕੋਲੋਂ ਇਸ ਕ੍ਰੋਪੀ ਦਾ ਕਾਰਨ ਪੁੱਛਿਆ। ਉਹਨੇ ਗੇਂਦ ਕਪਤਾਨ ਦੇ ਪਾਲੇਵਾਲ ਰੋਡ ਦਿੱਤੀ। ਕਪਤਾਨ ਨੇ ਗੇਂਦ ਅੱਗੇ ਖਿਸਕਾ ਦਿੱਤੀ। ਹੁਕਮ ਮੁੱਖ ਮੰਤਰੀ ਦਾ ਸੀ ਪਰ ਆਇਆ ਪੁਲਿਸ ਮੁਖੀ ਰਹੀਂ ਸੀ। ਪੁਲਿਸ ਮੁਖੀ ਪੰਕਜ ਦੀ ਸਿੱਧੀ ਪਹੁੰਚ ਨਹੀਂ ਸੀ। ਉਹਨੇ ਭਗੇਲ ਸਿੰਘ ਨਾਲ ਗੱਲ ਕੀਤੀ। ਹੁਣ ਉਹਨਾਂ ਤੋਂ ਕੀ ਗੁਸਤਾਖੀ ਹੋਈ ਸੀ? ਵਾਅਦੇ ਅਨੁਸਾਰ ਪੂਰੀ ਰਕਮ ਵਿਧਾਇਕ ਕੋਲ ਪੁੱਜ ਚੁੱਕੀ ਸੀ। ਮੁੱਖ ਮੰਤਰੀ ਨਾਰਾਜ਼ ਕਿਉਂ ਸੀ? ਕੋਈ ਨਵੀਂ ਬਗਾਰ ਕਰਨੀ ਸੀ ਤਾਂ ਉਹ ਤਿਆਰ ਸਨ। ਉਹਨਾਂ ਨੂੰ ਮੁਰਖੂ ਚ ਕਿਉਂ ਛੁੱਟਿਆ ਜਾ ਰਿਹਾ ਸੀ ਬਘੇਲ ਸਿੰਘ ਨੇ ਸੌਂ ਖਾਦੀ ਉਹਨੂੰ ਇਸ ਕਾਰਵਾਈ ਦਾ ਕੋਈ ਇਲਮ ਨਹੀਂ ਸੀ ਉਹ ਕਦੋਂ ਦਾ ਮੁਕਦਮੇ ਨਾਲੋਂ ਨਾਤਾ ਤੋੜ ਚੁੱਕਾ ਸੀ ਮੁੱਖ ਮੰਤਰੀ ਵੱਲੋਂ ਕੋਈ ਇਸ਼ਾਰਾ ਹੋਇਆ ਹੋਵੇ ਇਹ ਉਹ ਪੁੱਛ ਕੇ ਦੱਸ ਸਕਦਾ ਸੀ ਬਘੇਲ ਸਿੰਘ ਨੇ ਪੜਤਾਲ ਕਰਕੇ ਦੱਸਿਆ ਮੁੱਖ ਮੰਤਰੀ ਵੱਲੋਂ ਕੋਈ ਇਸ਼ਾਰਾ ਨਹੀਂ ਸੀ ਮੁਕਾਮੀ ਪੁਲਿਸ ਸੁਸਾਇਟੀ ਕੋਲੋਂ ਡਰ ਰਹੀ ਸੀ ਅਫਸਰ ਤਫਤੀਸ਼ ਦੌਰਾਨ ਵੱਡੀਆਂ ਗਲਤੀਆਂ ਕਰ ਬੈਠੇ ਸਨ ਉਹਨਾਂ ਨੂੰ ਆਪਣਾ ਪਾਲਾ ਮਾਰ ਰਿਆ ਸੀ ਡਰਦੇ ਉਹ ਪ੍ਰਧਾਨ ਦੇ ਇਸ਼ਾਰਿਆਂ ਤੇ ਨੱਚ ਰਹੇ ਸਨ ਇਹ ਅਦਾਲਤ ਦਾ ਮਾਮਲਾ ਸੀ ਅਦਾਲਤ ਦੇ ਮਾਮਲੇ 'ਚ ਮੁੱਖ ਮੰਤਰੀ ਦਖਲ ਨਹੀਂ ਸੀ ਦੇ ਸਕਦਾ ਚੋਣਾ ਸਿਰ ਤੇ ਸਨ ਉਹ ਸੁਸਾਇਟੀ ਨੂੰ ਨਰਾਜ਼ ਕਰਕੇ ਮੀਡੀਆ ਨੂੰ ਆਪਣੇ ਵਿਰੁੱਧ ਆਗੂ ਗੁਲਣ ਦਾ ਮੌਕਾ ਵੀ ਨਹੀਂ ਸੀ ਦੇ ਸਕਦਾ ਪੰਕਜ ਨੇ ਫਿਰ ਵਕੀਲਾਂ ਨਾਲ ਸਲਾਹ ਕੀਤੀ ਵਕੀਲਾਂ ਨੂੰ ਖਤਰੇ ਦੀ ਘੰਟੀ ਵੱਜਦੀ ਸੁਣਾਈ ਦੇਣ ਲੱਗੀ ਸਭ ਤੋਂ ਅਹਿਮ ਗਵਾਹ ਮੁਨੀਮ ਸੀ ਪੁਲਿਸ ਨੇ ਉਹਨੂੰ ਵੀ ਉਹਨੂੰ ਵੀ ਸੱਚ ਬੋਲਣ ਲਈ ਆਖਿਆ ਸੀ ਸੱਚ ਬੋਲਣ ਤੋਂ ਗੁਰੇਜ਼ ਕਰਕੇ ਉਹ ਸ਼ਰਾਰਤ ਕਰ ਰਿਹਾ ਸੀ ਲੱਗਦਾ ਸੀ ਕਾਨੂੰਨ ਦੇ ਕਿਸੇ ਭੇਤੀ ਨੇ ਉਹਨੂੰ ਉਹਦੀ ਗਵਾਹੀ ਦੀ ਅਹਿਮੀਅਤ ਸਮਝਾ ਦਿੱਤੀ ਸੀ ਉਹ ਸੱਚ ਬੋਲਣ ਦਾ ਮੁੱਲ ਮੰਗ ਰਿਹਾ ਸੀ ਉਹਦੀ ਰਮਜ਼ ਸਮਝੋ ਉਸ ਨਾਲ ਗੱਲ ਕਰੋ ਉਹਦਾ ਬਣਦਾ ਮੁੱਲ ਪਾਓ ਸਟੋਰ ਕੀਪਰ ਤੇ ਗੇਟ ਕੀਪਰ ਡਰੇ ਹੋਏ ਸਨ ਉਹਨਾਂ ਦੇ ਡਰ ਨੂੰ ਧਿਆਨ 'ਚ ਰੱਖਿਆ ਜਾਵੇ ਰਜਿਸਟਰਾਂ ਵਿੱਚ ਇੰਦਰਾਜ ਉਹਨਾਂ ਨੇ ਦੇ ਕਲਮੀ ਹਨ ਇਹ ਉਹਨਾਂ ਤੋਂ ਮਨਵਾ ਲਿਆ ਜਾਏ ਜੇ ਲਿਖਤਾਂ ਤੋਂ ਕਈ ਮੁਕਰਿਆ ਗਿਆ ਤਾਂ ਅਦਾਲਤ ਨੇ رائے ਲਈ ਹੱਥ ਲਿਖਤਾਂ ਦੇ ਮਹਾਰਾ ਨੂੰ ਬੁਲਾ ਲੈਣਾ ਸੀ ਮਹਾਰਾ ਨੂੰ ਲਿਖਤਾਂ ਉਹਨਾਂ ਦੇ ਕਲਮੀ ਹੋਣਾ ਮੰਨਣਾ ਪੈਣਾ ਸੀ ਗੇਟ ਕੀਪਰ ਤੇ ਸਟੋਰ ਕੀਪਰ ਨਾਲੋਂ ਮਾਇਰਾਂ ਦੀ ਗਵਾਹੀ ਨੇ ਵੱਧ ਮਹੱਤਵਪੂਰਨ ਬਣ ਜਾਣਾ ਸੀ ਇਹ ਗਵਾਹਾਂ ਲਈ ਖਤਰਨਾਕ ਹੋਣਾ ਸੀ ਤੇ ਮੁਲਜ਼ਮਾਂ ਲਈ ਵੀ ਪੰਕਜ ਹੋਰਾਂ ਦੇ ਬਚਾ ਲਈ ਗਵਾਹਾਂ ਤੋਂ ਸਪਸ਼ਟੀ ਕਰਨ ਲੈ ਲਿਆ ਜਾਏ ਇਹ 인ਦਰਾਜ ਪੁਲਿਸ ਨੇ ਉਹਨਾਂ ਨੂੰ ਡਰਾ ਕੇ ਤੇ ਥਾਣੇ ਬਿਠਾ ਕੇ ਕਰਾਏ ਸੀ ਨਾ ਉਹ ਕਿਸੇ ਠੇਕੇਦਾਰ ਨੂੰ ਜਾਣਦੇ ਸੀ ਨਾ ਉਹ ਕਦੇ ਉਹਨਾਂ ਦੀ ਫੈਕਟਰੀ ਆਇਆ ਸੀ ਅਜੇ ਬਿਆਨਾਂ ਨਾਲ ਸੱਪ ਵੀ ਮਰ ਜਾਣਾ ਸੀ ਤੇ ਲਾਠੀ ਵੀ ਵੱਜ ਰਣੀ ਸੀ ਮੁਨੀਮ ਦੇ ਮਨ ਦੀ ਢੂੰਡੀ ਖੋਲੀ ਜਾਵੇ ਜਿੰਨਾ ਚਿਰ ਪੂਰੀ ਤਸੱਲੀ ਨਹੀਂ ਹੁੰਦੀ ਉਹਨੂੰ ਅਦਾਲਤ 'ਚ ਪੇਸ਼ ਹੋਣ ਤੋਂ ਰੋਕਿਆ ਜਾਵੇ ਸਾਰੇ ਗਵਾਹ 5 5 6 6 ਸਾਲ ਤੋਂ ਉਹਨਾਂ ਕੋਲ ਨੌਕਰ ਸਨ ਉਹਨਾਂ ਨੂੰ ਮਾਲਕਾਂ ਦੇ ਖਾਦੇ ਨਮਕ ਦੀ ਸ਼ਰਮ ਸੀ ਮਾਲਕਾਂ ਨਾਲ ਅੱਖ ਮਿਲਾ ਕੇ ਮਾਲਕਾਂ ਵਿਰੁੱਧ ਗਵਾਹੀ ਦੇਣ ਦੀ ਉਹਨਾਂ ਦੀ ਜ਼ਰਤ ਨਹੀਂ ਸੀ ਪਰ ਗਵਾਹੀ ਸਮੇਂ ਪੰਕਜ ਉਹ ਰਣੇ ਅਦਾਲਤ ਵਿੱਚ ਹਾਜ਼ਰ ਨਹੀਂ ਸੀ ਹੋਣਾ ਇਹ ਕਾਨੂੰਨੀ ਦਿੱਕਤ ਉਹਨਾਂ ਦੇ ਵਿਰੁੱਧ ਜਾ ਰਹੀ ਸੀ ਹਾਲ ਦੀ ਘੜੀ ਪੰਕਜ ਤੇ ਨੀਰਜ ਦੋਸ਼ੀ ਨਹੀਂ ਸਨ ਦੋਸ਼ੀ ਬਣੇ ਬਿਨਾ ਉਹ ਕਾਰਵਾਈ ਜਿਸ ਹਿੱਸਾ ਨਹੀਂ ਸਨ ਲੈ ਸਕਦੇ ਗਵਾਹ ਉਹਨਾਂ ਦੇ ਵਿਰੁੱਧ ਭੁਗਤਣੇ ਸਨ ਪਰ ਭੁਗਤਣੇ ਉਹਨਾਂ ਦੀ ਗੈਰ ਹਾਜ਼ਰੀ ਚ ਸਨ ਸਾਧੂ ਸਿੰਘ ਕਾਇਦਾ ਕਾਨੂੰਨ ਜਾਣਦਾ ਸੀ ਕਾਨੂੰਨ ਦੀ ਉਹਨੇ ਸਖਤੀ ਨਾਲ ਪਾਲਣਾ ਕਰਨੀ ਸੀ ਇਹਨਾਂ ਗਵਾਹਾਂ ਨੇ ਗਵਾਹੀ ਪੰਕਜ ਉਹ ਰ ਵਿਰੁੱਧ ਦੇਣੀ ਸੀ ਜਾਠ ठेकेदार ਵਿਰੁੱਧ ਬਾਕੀ ਦੇ ਵਕੀਲਾਂ ਨੂੰ ਉਹਨੇ ਇਹਨਾਂ ਗਵਾਹਾਂ ਉੱਪਰ ਜਿਰਾ ਨਹੀਂ ਸੀ ਕਰਨ ਦੇਣੀ ठेकेदार ਦਾ ਵਕੀਲ ਅਨਜਾਨ ਸੀ ਉਹਨੇ ਪੰਕਜ ਹੋਰਾਂ ਦਾ ਪੱਖ ਤਾਂ ਕੀ ਪੂਰਨਾ ਸੀ ਉਹ ਤੋਂ ठेकेदार ਦਾ ਪੱਖ ਨਹੀਂ ਸੀ ਪੂਰਿਆ ਜਾਣਾ ਇਸ ਅੜਚਨ ਦੇ ਦੋ ਹੱਲ ਸਨ ਪਹਿਲਾ ਇਹ ਕਿ ठेकेदार ਨੂੰ ਕੋਈ ਚੰਗਾ ਵਕੀਲ ਕਰਕੇ ਦਿੱਤਾ ਜਾਏ ਇਸ ਲਈ ठेकेदार ਸਹਿਮਤ ਨਹੀਂ ਸੀ ਉਹ ਪੰਕਜ ਉੱਪਰ ਯਕੀਨ ਨਹੀਂ ਸੀ ਕਰ ਰਿਹਾ ਉਹ ਪਹਿਲਾਂ ਉਹਨੂੰ ਫਸਾ ਚੁੱਕੇ ਸੀ ਆਪ ਨਿਕਲ ਗਏ ਸਨ ਅੱਗੇ ਵੀ ਉਹਨਾਂ ਇੰਜ ਹੀ ਕਰਨਾ ਸੀ ਚੰਗਾ ਮਾੜਾ ਉਹਨੂੰ ਆਪਣੇ ਵਕੀਲ ਤੇ ਯਕੀਨ ਸੀ ਦੂਜਾ ਰਸਤਾ ਇਹ ਸੀ ਠੇਕੇਦਾਰ ਦੇ ਵਕੀਲ ਨੂੰ ਤਿਆਰੀ ਕਰਵਾ ਦਿੱਤੀ ਜਾਏ ਦੂਜਾ ਰਸਤਾ ਬਣਾਇਆ ਗਿਆ ਪੇਸ਼ੀ ਵਾਲੇ ਦਿਨ ਚਾਰਾਂ ਚੋਂ ਤਿੰਨ ਗਵਾਹ ਪੇਸ਼ ਕੀਤੇ ਗਏ ਗਵਾਹਾਂ ਉੱਤੇ ਸੁਸਾਇਟੀ ਵਾਲਿਆਂ ਨੇ ਪਤਾ ਨਹੀਂ ਕੀ ਟੂਣਾ ਝਾੜਿਆ ਸੀ ਕਚਹਿਰੀ ਵਰਦਿਆਂ ਹੀ ਉਹਨਾਂ ਦੀ ਯਾਦਦਾਸ਼ਤ ਕਮਜ਼ੋਰ ਹੋ ਗਈ ਪੰਕਜ ਵੱਲੋਂ ਸਮਝਾਇਆ ਇੱਕ ਵੀ ਨੁਕਤਾ ਉਹਨਾਂ ਨੂੰ ਯਾਦ ਨਾ ਰਿਹਾ ਗੀਤਾ ਤੇ ਹੱਥ ਰੱਖ ਕੇ ਸੌਂ ਖਾਣ ਬਾਅਦ ਉਹਨਾਂ ਦੀ ਲੱਤਾਂ ਕੰਬਣ ਲੱਗ ਪਈਆਂ ਰੱਬ ਦੀ ਮਾਰ ਤੋਂ ਡਰਦੇ ਉਹ ਝੂਠ ਬੋਲਣਾ ਭੁੱਲ ਗਏ ਸਰਕਾਰੀ ਵਕੀਲ ਨੇ 2 2 3 3 ਹੀ ਪ੍ਰਸ਼ਨ ਪੁੱਛੇ ਕਿ ਤੁਸੀਂ ਠੇਕੇਦਾਰ ਨੂੰ ਪਛਾਣਦੇ ਹੋ ਕਿ ਉਹ ਕਦੇ ਤੁਹਾਡੀ ਫੈਕਟਰੀ ਆਇਆ ਕਿ ਤੁਸੀਂ ਉਹਦੀ ਆਮਦ ਦਾ ਇੰਦਰਾਜ ਆਪਣੀ ਰਜਿਸਟਰ ਚ ਕੀਤਾ ਉਹ ਫੈਕਟਰੀ ਨੂੰ ਕੀ ਕੀ ਸਮਾਨ ਲੈ ਕੇ ਗਿਆ ਉਹਦਾ ਜ਼ਿਕਰ ਤੁਸੀਂ ਆਪਣੇ ਸਟਾਕ ਰਜਿਸਟਰ ਚ ਕੀਤਾ ਗਵਾਹ ਛੋਟੇ ਵਾਂਗ ਹਾਂ ਚ ਸਿਰ ਹਿਲਾਉਂਦੇ ਰਹੇ ਠੇਕੇਦਾਰ ਦੇ ਵਕੀਲ ਨੂੰ ਜੱਜ ਨੇ ਬਹੁਤੀ ਜਿਰਾ ਦੀ ਇਜਾਜ਼ਤ ਨਾ ਦਿੱਤੀ ਗਵਾਹਾਂ ਨੇ ਇੱਕ ਵਾਰੀ ਫੇਰ ਗਵਾਹੀ ਦੇਣ ਆਉਣਾ ਸੀ ਉਸ ਸਮੇਂ ਉਹਨੂੰ ਖੁੱਲੀ ਜਿਰਾ ਦਾ ਮੌਕਾ ਮਿਲਣਾ ਸੀ ਮੁਨੀਮ ਦੀ ਥਾਂ ਮੁਨੀਮ ਦਾ ਮੁੰਡਾ ਹਾਜ਼ਰ ਹੋਇਆ ਮੁਨੀਮ ਬਿਮਾਰ ਸੀ ਉਹਨੂੰ ਟੱਟੀਆਂ ਲੱਗੀਆਂ ਸੀ ਉਹ ਤੁਰਨ ਫਿਰਨ ਦੇ ਕਾਬਲ ਨਹੀਂ ਸੀ ਸਬੂਤ ਵਜੋਂ ਮੁੰਡਾ ਡਾਕਟਰ ਕੋਲੋਂ ਸਰਟੀਫਿਕੇਟ ਲੈ ਕੇ ਆਇਆ ਸੀ ਮੁਨੀਮ ਦੀ ਇਸ ਚਲਾਕੀ ਨੇ ਸਾਧੂ ਸਿੰਘ ਦਾ ਪਾਰਾ ਚੜਾ ਦਿੱਤਾ ਟੱਟੀਆਂ ਲੱਗੀਆਂ ਨਹੀਂ ਲੱਗਣਗੀਆਂ ਪਰਸੋਂ ਨੂੰ ਮੁਨੀਮ ਨੂੰ ਪੇਸ਼ ਕਰੋ ਨਹੀਂ ਤਾਂ ਜੇਲ੍ਹ ਜਾਣ ਲਈ ਤਿਆਰ ਰਹੇ ਸਾਧੂ ਸਿੰਘ ਨੇ ਮੁਨੀਮ ਦੇ ਮੁੰਡੇ ਨੂੰ ਦਬਕਾਇਆ ਨਾਲ ਡਾਕਟਰ ਨੂੰ ਨੋਟਿਸ ਜਾਰੀ ਕੀਤਾ ਮੁਨੀਮ ਦੀ ਬਿਮਾਰੀ ਦਾ ਰਿਕਾਰਡ ਲੈ ਕੇ ਉਹ ਵੀ ਹਾਜ਼ਰ ਹੋਵੇ ਧੰਨਵਾਦ